स्कूल तो परेशान से सीधा पत्रा के दिन पहले भी नहीं परेशान हो। मैं स्कूल गया प्रिंसीपल को, प्रिंसीपल ने तो है मैडम परम मैडम उन्होंने मैं छली दवाई भी अज तो बाद कोई टॉर्च नहीं करूँगा, तो पर चिट्ठी देख सारा कुछ ही लगता भी मैं काम है कनी चाल तो टीचर है 35 साल का एक वो एक प्रिंसीपल की बहुत ही असल तो प्रिंसीपल मैं तो कहूँगा प्रिंसीपल ही दोषी है जो मैं एक गल दसिया है उन्हें क्यों नहीं गौर की क्यों कुड़ी बार बार ले जाते जो होस्टल बंद है स्कूल बंद है वो कहने वास्ते ले जाते डिवोर्स करके मेरी बेटी का कुछ लेन देन नहीं सी ਸਰ ਮੇਰੇ ਹੀ ਇੱਥੇ ਸੀਗਾ ਜਿਹਦਾ ਜੋ ਸੀਗਾ ਜੀ ਜੋ ਸਕੂਲ ਗਏ 15 ਦਿਨ ਪਹਿਲਾਂ ਕੰਪਲੀਟ ਕਰਨ ਹਾਂਜੀ ਕੀ ਕਿਹਾ ਕਿਸ ਗੱਲ ਤੋਂ ਪਰੇਸ਼ਾਨ ਸੀਗੇ ਕਿਉਂ ਕਰਦੇ ਉਹ ਪਤਾ ਨਹੀਂ ਕੁੜੀ ਪਰੇਸ਼ਾਨ ਕਰਦੀ ਸੀ ਪ੍ਰਿੰਸੀਪਲ ਦੀ ਮੈਂ ਉਹਨੂੰ ਦੱਸਿਆ ਸਾਰਾ ਗੱਲ ਜਾ ਕੇ ਵੀ ਇਹਨੂੰ ਪਰੇਸ਼ਾਨ ਕਰ ਰਹੀ ਆ ਰੋਜ਼ ਫੋਨ ਤੇ ਝਪਟਾ ਹੁੰਦੀ ਹੈ ਵੀ ਮੈਂ ਇੱਥੇ ਰਹਿ ਨਹੀਂ ਦੇਣੀ ਮੈਂ ਇੱਥੇ ਲੈ ਜਾਣੀ ਆ ਆਪਦੇ ਘਰੇ ਉਹ ਸਾਲ ਭਰ ਤੋਂ ਉੱਥੇ ਹੀ ਰਹਿ ਰਹੀ ਸੀਗੀ ਔਰ ਹੋਸਟਲ ਦੇ ਵਿੱਚ ਪਰ ਹੋਸਟਲ ਵਿੱਚ ਰਹਿੰਦੀ ਰਹਿੰਦੀ ਪ੍ਰਿੰਸੀਪਲ ਦੇ ਕਮਰੇ 'ਚ ਹੀ ਸੀ ਕਿਉਂ ਉਹਦੇ ਦੋ ਬੇਟੀਆਂ ਹੀ ਬੈਠੀਆਂ ਸੀਗੀਆਂ ਮੈਂ ਵੀ ਸੋਚ ਰਿਹਾ ਵੀ ਚੱਲ ਬੇਟੀਆਂ ਹੀ ਆ ਕੋਈ ਮੁੰਡਾ ਤਾਂ ਕੋਲੇ ਨਹੀਂ ਆ ਇਹਨਾਂ ਕੋਲੇ ਰਹਿੰਦੀ ਆ ਅਤੇ ਹੁਣ ਮੈਂ 2 ਮਹੀਨੇ ਤੋਂ ਲੈ ਵੀ ਆ ਸੀ ਪਰ ਫਿਰ ਵੀ ਨਾ ਹਟੇ ਜਦੋਂ ਫੋਨ ਕਰਦਾ ਫਿਰ ਭੇਜ ਛੱਡ ਕੇ ਜਾਓ ਮੈਂ ਮਨਾ ਕਰ ਦਿੰਦਾ ਜੀ ਫਿਰ ਉਹ ਆਣ ਕੇ ਲੈ ਜਾਂਦੇ ਸੀ ਤੁਹਾਡੀ ਬੱਚੀ ਵੀ ਜਿਹੜੀ ਹੋਸਟਲ 'ਚ ਰਹਿੰਦੀ ਸੀ ਹਾਂ ਸਾਡੀ ਬੱਚੀ ਹੋਸਟਲ ਰਹਿੰਦੀ ਕਿੰਨੀ ਦੇਰ ਹੋਸਟਲ 'ਚ ਰਹੀ ਆ ਸਾਲ ਭਰ ਜੀ ਹਾਂਜੀ ਇੱਕ ਸਾਲ ਇੱਕ ਸਾਲ ਸਕੂਲ ਦੇ ਵਿੱਚ ਹੀ ਹੋਸਟਲ ਹਾਂਜੀ ਅੱਛਾ ਅਤੇ ਹੁਣ ਘਰੇ ਕਦੋਂ ਲੈ ਕੇ ਸੀ ਨਹੀਂ ਪਰ 2 ਮਹੀਨੇ ਹੋ ਗਏ ਜੀ ਤਕਰੀਬਨ प्रिंसीपल की बेटी तंग करती है सारा दिन परेशान करती बड़ा ज्यादा नहीं कारण कोई नहीं दस उन्होंने चिट्ठी से लिखा सारे पासपोर्ट से दस हाँ पुलिस वालों जी अज असी बयान लिखाए हैं तो हजे कार्रवाई तो होगी जो मतलब पोस्टमार्टम उस बाद ही कार्रवाई कर लेंगे अभी तक कोई कार्रवाई नहीं जो कार्रवाई हो तो दसा जरूर स्कूल पढ़ती बेटी गुरु कौल जी खुशप्रीत लड़की सी प्लस वन च पढ़ती सी तो मेरे पिंड नाना नानी रेंदे सी तो कल सानू ता जाने के 5:30-6 बजे पता लगा भी कुड़ी ने फाहा लै की कारण की गया जी कारण कुड़ी ने कुड़ी लोअर की जेब के सुसाइड लैटर मिलया एक उन्हें लिखा भी जेडे स्कूल के प्रिंसीपल आ लड़की तो एक कोई टीचर आ भी ज़्यादा टॉर्चर करते ਉਹਦਾ ਲੈਟਰ ਤੇ ਲਿਖਿਆ ਹੋਇਆ ਬਾਕੀ ਉਹਨੇ ਆਪਦੇ ਮੋਬਾਈਲ ਦਾ ਪਾਸਵਰਡ ਸਾਰਾ ਕੁਝ ਲਿਖਤਾ ਵੀ ਜਿੰਨਾ ਵੀ ਕੁਝ ਹੋਇਆ ਤੇ ਉਹ ਸਾਰਾ ਮੇਰੇ ਮੋਬਾਈਲ ਦੇ ਵਿੱਚੋਂ ਨਿਕਲਿਆ ਹੋਵੇ ਵੀ ਉੱਥੇ ਦੇਖ ਲਓ ਮੈਨੂੰ ਬਹੁਤ ਚਾਹ ਇਹ ਗੁਰੂ ਕੋਲ ਸਕੂਲ ਆਈ ਜਿਹੜਾ ਲੁਧਿਆਣਾ ਰੋਡ ਤੇ ਉਸ ਸਕੂਲ ਚ ਪੜ੍ਹਦੀ ਲਿਖਿਆ ਜੀ ਕੁਝ ਕਿਉਂ ਪਰੇਸ਼ਾਨ ਕਰਦੇ ਸੀਗੇ ਇਹ ਤਾਂ ਜੀ ਉਹ ਚਿੱਠੀ ਤੇ ਪਤਾ ਲੱਗੂ ਇੰਗਲਿਸ਼ ਚ ਚਿੱਠੀ ਲਿਖੀ ਵੀ ਆ ਵੀ ਕਾਹ ਤੋਂ ਉਹਨੂੰ ਪਰੇਸ਼ਾਨ ਕਰਦੇ ਉੱਪਰ ਕੁੜੀ ਦਾ ਬਾਰ-ਬਾਰ ਇਹ ਲਿਖਿਆ ਹੋਇਆ ਸੀ ਮੈਨੂੰ ਬਹੁਤ ਜ਼ਿਆਦਾ ਟੌਰਚਰ ਕਰਦੇ ਸੀ ਉਹ ਕਹਿੰਦੀ ਮੈਂ ਮੋਬਾਈਲ ਤੇ ਉਹ ਵੀ ਮੈਨੂੰ ਮੈਂ ਮੋਬਾਈਲ ਤੇ ਫੋਨ ਕਰਦੇ ਸੀ ਉਹ ਮੈਸੇਜ ਘੱਲਦੇ ਸੀ ਮੈਂ ਘੱਲਦੀ ਸੀਗੀ ਪਰ ਉਹ ਮੈਨੂੰ ਟੌਰਚਰ ਕਰਨ ਨੂੰ ਹਟਦੇ ਨਹੀਂ ਇਹੀ ਕਹਿੰਦੇ ਸਕੂਲ ਤਾਂ ਬੰਦ ਸੀਗੇ ਤੇ ਕਿਉਂ ਨਹੀਂ ਕਿਵੇਂ ਉਹਦੇ ਪਹੁੰਚੇ ਇਹ ਸਕੂਲ ਦਾ ਬੰਦ ਸੀਗਾ ਪਰ ਇਹਨਾਂ ਦੇ ਨਾਨੇ ਨਾਨੀ ਦੇ ਮੁਤਾਬਕ ਜਿਹੜਾ ਪ੍ਰਿੰਸੀਪਲ ਆ ਨਾ ਉਹ ਕਹਿੰਦੇ ਲੜਕੀ ਨੂੰ ਘਰੇ ਲੈ ਜਾਂਦੇ ਸੀ ਆਪਦੇ ਇੱਥੋਂ ਲੈ ਜਾਂਦੇ ਸੀਗੇ ਆ ਕੇ ਤਲਵੰਡੀ ਭਗੀਰੀਆਂ ਤੋਂ ਤੇ ਕਈ ਵਾਰ ਉਹ ਪ੍ਰਿੰਸੀਪਲ ਦੀ ਲੜਕੀ ਵੀ ਇੱਥੇ ਆ ਕੇ ਰਹਿੰਦੀ ਸੀ ਇਹ ਜ਼ਿਆਦਾ ਉਹਨਾਂ ਦਾ ਜਾਣ ਆਉਣ ਸੀਗਾ ਪ੍ਰਿੰਸੀਪਲ ਕੌਣ ਹੈ ਜੀ ਸਕੂਲ ਦਾ ਲੇਡੀ ਹੈ ਲੇਡੀ ਹੈ ਜੀ ਕੋਈ ਪ੍ਰਿੰਸੀਪਲ ਸਕੂਲ ਦੀ ਹਰਪ੍ਰੀਤ ਕੌਰ ਹਰਪ੍ਰੀਤ ਕੌਰ ਦਾ ਹੱਥ ਹੈ ਕੁੜੀ ਬੇਸਿਕਲੀ ਕਿੱਥੋਂ ਦੀ ਰਹਿਣ ਵਾਲੀ ਹੈ ਕੁੜੀ ਅਸਲ 'ਚ ਤਾਂ ਜੀ ਬੋਰਨ ਤਾਂ ਹੋਏਗੀ ਕੈਨੇਡਾ ਦੀ ਤੇ ਪਰ ਉਹਦੇ ਨਾਨਕੇ ਆ ਇੱਥੇ ਜੀ ਆਪਦੇ ਨਾਨੇ ਨਾਨੀ ਕੋਲੇ ਰਹਿੰਦੀ ਸੀ ਮਾਮਾ ਵੀ ਉਹਦਾ ਬਾਹਰ ਹੀ ਆ ਤੇ ਸਿਰਫ ਨਾਨਾ ਤੇ ਨਾਨੀ ਇਕੱਲੇ ਰਹਿੰਦੇ ਸੀ ਇਹਨਾਂ ਕੋਲੇ ਰਹਿੰਦੀ ਸੀ ਪਰ ਕੁੜੀ ਇਹਨਾਂ ਕੋਲੇ ਰਹਿੰਦੀ ਸੀਗੀ ਜਦੋਂ ਕੁੜੀ 5-7 ਮਹੀਨਿਆਂ ਦੀ ਸੀ ਉਦੋਂ ਤੋਂ ਲੈ ਕੇ ਇੱਕ ਦੋ ਵਾਰੀ ਬਾਹਰ ਗਈ ਆ ਪਰ ਉਹਨੇ ਜੀ ਨਹੀਂ ਲਾਇਆ ਉਹ 17 ਸਾਲ ਦੀ ਹੋ ਗਈ ਸੀ ਇੱਥੇ ਹੀ ਰਹੀ ਆ ਇਹਨਾਂ ਨੇ ਪੜ੍ਹਾਈ ਆ ਇਹਨਾਂ ਨੇ ਪਾਲਣ ਪੋਸ਼ਣ ਕੀਤਾ ਉਹਨਾਂ ਕੈਨੇਡਾ ਦਾ ਸੀ ਕਿਵੇਂ ਸੁਸਾਈਡ ਕਿਵੇਂ ਕੀਤਾ ਜੀ ਸੁਸਾਈਡ ਉਹਨੇ ਜੀ ਨਾਨੇ ਦੀ ਪੀਂਘ ਪਾ ਕੇ ਦਿੱਤੀ ਵੀ ਸੀ ਉਹਨੂੰ ਛੋਟੀ ਹੁੰਦੀ ਨੂੰ ਉਸੇ ਪੀਂਘ ਵਾਲੇ ਰੱਸੇ ਨਾਲ ਸ਼ੈੱਡ ਬਣਾਇਆ ਵੈਸੇ ਘਰੇ ਤੇ ਸ਼ੈੱਡ ਨਾਲ ਉਹਨੇ ਗਲ 'ਚ ਰੱਸਾ ਪਾ ਕੇ ਸੁਸਾਈਡ ਕਰ ਲਿਆ ਖੁਸ਼ਪ੍ਰੀਤ ਕੌਰ ਦੀ ਪੁੱਤਰੀ ਗੁਰਪ੍ਰੀਤ ਸਿੰਘ ਜੀ ਕੀ ਮਾਮਲਾ ਕੀ ਹੈ ਕਿਉਂ ਕਿ ਕੀ ਖੁਦਕੁਸ਼ੀ ਕੀਤੀ ਹੈ ਜੀ ਇਹ ਸਰ ਜੀ ਕੋਈ ਤੰਗ ਪਰਸਨ ਹੁੰਦਾ ਸੀ ਇਹਨਾਂ ਦਾ ਇੱਕ ਨੋਟਿਸ ਮਿਲਿਆ ਸਰ
उस नाँ लिखे गए अपने हरील कौर कुड़ी है जी प्रिंसीपल की लड़की। दूसरा सर अमनदीप कौर अमृत सिंह चाल वासी कली चाल उत्थे सर पढ़ाते हैं उन्होंने तो कोई तंग प्रसंग करते थे उन्होंने तो होके अपने सर प्लस वन जी सर गुरुकुल मोगा मैंने लागे सर सर मैं 306 हाँ जी IPC तैयार ये कार्रवाई करते सर अपने SI लखवीर सिंह हरनील कौर कुड़ी है लड़की है जी हरनील कौर। दूसरा सर जैन सर अमनदीप सिंह हरनील कौन कौर ये सर प्रिंसीपल की लड़की है गुरुकुल।